ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ ਬੁਲਟਨ ਦਾ ਆਗਾਜ਼ ਕਰਦੇ ਹਾਂ ਅਹਿਮ ਖਬਰ ਦੇ ਨਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੈਬਨਿਟ ਦੀ ਅਗਲੀ ਮੀਟਿੰਗ ਬੁਲਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਪੰਜਾਬ ਸਕੱਤਰੇ ਚੰਡੀਗੜ੍ਹ ਵਿਖੇ ਹੋਵੇਗੀ ਸੋ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ ਗਿਆ ਹੈ ਸੋ ਪੰਜਾਬ ਮੰਤਰੀ ਮੰਡਲ ਦੀ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ ਸੋ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕਈ ਅਹਿਮ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਦੱਸ ਦਈਏ ਕਿ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਵੀ ਫੈਸਲਾ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਕੁਝ ਨਵੀਆਂ ਨੌਕਰੀਆਂ ਤੇ ਵੀ ਮੋਹਰ ਲੱਗ ਸਕਦੀ ਹੈ ਤੇ ਨਾਲ ਹੀ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਵੀ ਦਿੱਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੋ ਅੱਜ ਬੇਹੱਦ ਖਾਸ ਦਿਨ ਬੇਹੱਦ ਅਹਿਮ ਮੀਟਿੰਗ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਕੈਬਨਿਟ ਮੀਟਿੰਗ ਜਿਸ ਦੇ ਵਿੱਚ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਵੀ ਫੈਸਲਾ ਹੋ ਸਕਦਾ ਹੈ ਦੱਸ ਦਈਏ ਕਿ ਸਾਰੇ ਹੀ ਮੰਤਰੀਆਂ ਨੂੰ ਸੱਦਾ ਦਿੱਤਾ ਗਿਆ ਹੈ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਤੇ ਕਈ ਅਹਿਮ ਫੈਸਲੇ ਵੀ ਲਏ ਜਾਣਗੇ ਸੋ ਬੇਹੱਦ ਅਹਿਮ ਮੀਟਿੰਗ ਪੰਜਾਬ ਕੈਬਨਿਟ ਮੀਟਿੰਗ ਜਿਸ ਦੇ ਵਿੱਚ ਸਾਰੇ ਹੀ ਕੈਬਨਿਟ ਮੰਤਰੀ ਮੌਜੂਦ ਰਹਿਣਗੇ ਅਤੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਸੋ ਕਈ ਅਹਿਮ ਮੁੱਦੇ ਨੇ ਜਿਹੜੇ ਕਿ ਇਸ ਤੇ ਚਰਚਾ ਹੋਵੇਗੀ ਸੋ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਵੀ ਫੈਸਲਾ ਹੋ ਸਕਦਾ ਇਸ ਦੇ ਨਾਲ ਹੀ ਨਵੀਆਂ ਨੌਕਰੀਆਂ ਤੇ ਵੀ ਮੋਹਰ ਲੱਗ ਸਕਦੀ ਹੈ ਸੋ ਵੱਡਾ ਐਲਾਨ ਵੀ ਹੋ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਸੋ ਇਸੇ ਖਬਰ ਤੇ ਮੇਰੇ ਸਹਿਯੋਗੀ ਅਮਰਪ੍ਰੀਤ ਕੌਰ ਸਾਡੇ ਨਾਲ ਜੁੜ ਚੁੱਕੇ ਨੇ ਸੋ ਅਮਰਪ੍ਰੀਤ ਬੇਹੱਦ ਅਹਿਮ ਮੀਟਿੰਗ ਹੈ ਅੱਜ ਦੀ ਜਿਹੜੀ ਕਿ ਦੱਸੀ ਜਾ ਰਹੀ ਹੈ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਇਸ ਦੇ ਬਾਰੇ देखिए आज पंजाब कैबिनेट की अहम बैठक है क्योंकि इस बैठक इसलिए भी इंपॉर्टेंट है क्योंकि पंजाब विधानसभा का इजलास बुलाया जाना है और इजलास इस हफ्ते दे विच शुरू हो सकता है जिहड़ी कि सानू सूत्रों के हवाले तो खबर मिली है और जिस तरीके दे नाल पहला लीगल इलीगल नूं लैके हालांकि सैशन दो दिन दा सी लेकिन लीगल इलीगल नूं लैके सैशन खत्म कर दिता गया सी सीएम वालों और उस तो बाद सीएम वालों कहा गया सी कि ते सुप्रीम कोर्ट दा रुख करनगे जदों सुप्रीम कोर्ट दा रुख कीता गया सुप्रीम कोर्ट दे रुख तो बाद जदों फटकार लगती है सुप्रीम कोर्ट तो उस तो बाद सरकार दे फेवर दे विच किते ना किते फैसला आंदा है सो सरकार नूं पॉजिटिव वो लगता है सो हुण अज जिहड़ी कैबिनेट बैठक होण जा रही है इस दे विच जिहड़ी इजलास नूं अज जिहड़ी हरी झंडी दित्ती जाएगी इजलास दे अज अनाउंस कर दिखाई जाएंगियां और कुछ नवीं नौकरियां लैके भी अज सरकार वालों कुछ मोहर लग सकती है अनाउंसमेंट की जा सकती है सो बेहद ही इंपॉर्टेंट अज की कैबिनेट मीटिंग है मेन जिहड़ा एजेंडा रहेगा और सिर्फ विधानसभा इजलास को लेकर ही बुलाई गई है अज सो कितने बजे शुरू होगी मीटिंग अमनप्रीत करीब शुरू होगी और विधानसभा के इजलास डेट्स अनाउंस कर दी जाएंगी अज जी बहुत बहुत धन्यवाद जानकारी के लिए